ਉਹਨਾਂ ਇਹੀ ਗੱਲ ਕਹੀ ਆ, ਆਪਣੀ ਡਿਊਟੀ ਤੋਂ ਆਇਆ ਸੀ 11 ਵਜੇ, ਰੋਟੀ ਖਾ ਕੇ ਸੁੱਤਾ ਸੀ, ਰਾਜਮਾਂਹ ਪਿਆ ਗਏ, ਸਵੇਰੇ ਸਬਜ਼ੀ ਬਣਾਉਣੀ ਆ, ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ, ਸੁੱਤਿਆਂ ਅਟੈਕ ਹੋ ਗਿਆ। ਕਰਜ਼ਾ ਚੁੱਕ ਕੇ ਕੋਈ ਰਿਸ਼ਤੇਦਾਰਾਂ ਨੂੰ ਫੜ ਫੁੜ ਕੇ ਸਾਰਿਆਂ ਮਦਦ ਕੀਤੀ, ਥੋੜ੍ਹੀ ਬਹੁਤੀ ਜਿੰਨੀ ਹੋਣ ਕਰਨ ਯੋਗ ਸੀ, ਅਤੇ ਉਹ 1 ਸਾਲ ਹੋਇਆ ਬਾਹਰ ਗਏ ਨੂੰ, 1 ਸਾਲ ਵੀ ਨਹੀਂ ਹੋਇਆ ਜੇ। ਗੱਲ ਕੀਤੀ ਮੇਰੇ ਨਾਲ ਸ਼ਨੀਵਾਰ ਸਵੇਰੇ, ਬਹੁਤ ਸੋਹਣੀ ਗੱਲ ਕੀਤੀ। ਬਾਅਦ ਵਿੱਚ ਅਗਲੇ ਦਿਨ ਮੈਂ ਗੱਲ ਕਰਾਂ, ਮੇਰੇ ਪੁੱਤ ਨੇ ਫੋਨ ਹੀ ਨਹੀਂ ਮੈਨੂੰ ਕੀਤਾ ਰਾਤ, ਪਤਾ ਨਹੀਂ ਕੀ ਹੋ ਗਿਆ ਮੇਰੀ ਪੁੱਤੀ ਨਾਲ, ਮੇਰੀ ਗਰੀਬਣੀ ਦੀ ਮਦਦ ਕਰੋ, ਮੇਰਾ ਪੁੱਤ ਆ ਜਾਏ ਇੱਥੇ। ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਕੈਨੇਡਾ ਦੇ ਵਿੱਚ ਮੌਤ। ਚੰਗੇ ਭਵਿੱਖ ਦੇ ਲਈ ਮਾਪਿਆਂ ਨੇ ਕਰਜ਼ਾ ਚੁੱਕ ਕੇ 1 ਸਾਲ ਪਹਿਲਾਂ ਹੀ ਭੇਜਿਆ ਸੀ ਕੈਨੇਡਾ। ਤੁਹਾਨੂੰ ਦੱਸਦੇ ਕਿ ਖਬਰ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੀ ਹੈ, ਜਿੱਥੋਂ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ, ਅਤੇ ਮਾਪਿਆਂ ਨੇ 1 ਸਾਲ ਪਹਿਲਾਂ ਹੀ ਕਰਜ਼ਾ ਚੁੱਕ ਕੇ ਆਪਣੇ ਪੁੱਤ ਦੇ ਚੰਗੇ ਭਵਿੱਖ ਦੇ ਲਈ ਉਸਨੂੰ ਕੈਨੇਡਾ ਭੇਜਿਆ ਸੀ। ਤੁਹਾਨੂੰ ਦੱਸਦੇ ਕਿ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ, ਅਤੇ ਘਰ ਦੇ ਵਿੱਚ ਇਕੱਲੀ ਮੰਮੀ ਹੀ ਰਹਿੰਦੀ ਹੈ, ਜਿਸਨੇ ਕਰਜ਼ੇ ਦੀ ਪੰਡ ਚੁੱਕ ਕੇ ਉਸਨੂੰ ਕੈਨੇਡਾ ਭੇਜਿਆ ਸੀ, ਅਤੇ ਨਾਲ ਨਾਲ ਕੈਨੇਡਾ ਦੇ ਵਿੱਚ ਸਟੱਡੀ ਕਰ ਰਿਹਾ ਸੀ, ਅਤੇ ਨਾਲ ਨਾਲ ਪਾਰਟ ਟਾਈਮ ਵਰਕ ਵੀ ਕਰ ਰਿਹਾ ਸੀ, ਅਤੇ ਬੀਤੇ ਦਿਨੀ ਉਸਦੇ ਛਾਤੀ ਦੇ ਵਿੱਚ ਇੱਕਦਮ ਦਰਦ ਹੋਣ ਲੱਗ ਪਿਆ, ਅਤੇ ਜਿਸ ਦੇ ਨਾਲ ਉਸਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ ਹੈ। ਉਹਨਾਂ ਇਹੀ ਗੱਲ ਕਹੀ ਆ, ਆਪਣੀ ਡਿਊਟੀ ਤੋਂ ਆਇਆ ਸੀ 11 ਵਜੇ, ਰੋਟੀ ਖਾ ਕੇ ਸੁੱਤਾ ਸੀ, ਰਾਜਮਾਂਹ ਪਿਆ ਗਏ, ਸਵੇਰੇ ਸਬਜ਼ੀ ਬਣਾਉਣੀ ਆ, ਬਾਅਦ ਵਿੱਚ ਸੁੱਤਿਆਂ ਪਤਾ ਨਹੀਂ ਲੱਗਾ ਕੀ ਹੋਇਆ, ਸੁੱਤਿਆਂ ਅਟੈਕ ਹੋ ਗਿਆ। ਉੱਥੇ ਕੰਮ ਪਤਾ ਨਹੀਂ ਕਿੱਥੇ ਕਿਤੇ ਲੱਗਾ ਸੀ ਕੰਮ, ਅਤੇ ਨਾਲ ਫੋਟੋਗ੍ਰਾਫਰੀ ਦਾ ਵੀ ਕਰਦਾ ਸੀ ਕੰਮ ਉੱਥੇ, ਅਤੇ ਨਾਲ ਹੋਰ ਵੀ ਕੰਮ ਕਰਦਾ ਸੀ ਉਹ, ਅਤੇ ਮੇਰਾ ਪੁੱਤ ਬੜਾ ਬੀਬਾ ਸੀ, ਨਾਲ ਪੜ੍ਹਾਈ ਵੀ ਕਰਦਾ ਸੀ ਮੇਰਾ ਪੁੱਤ। ਕਮਰੇ 'ਚ ਰਾਤ ਸੁੱਤਿਆ ਹੋ ਗਿਆ, ਚੰਗਾ ਭਲਾ ਆਇਆ ਉੱਥੋਂ ਕੰਮ ਤੋਂ, ਆਪਣੇ ਆਣ ਕੇ ਰੋਟੀ ਖਾਧੀ ਆ, 11 ਵਜੇ ਕਹਿੰਦੇ ਸੁੱਤਾ ਵਾ, ਪਤਾ ਨਹੀਂ ਕੀ ਹੋਇਆ ਇਕਦਮ ਕਹਿੰਦੇ ਨੀਲਾ ਹੋ ਗਿਆ, ਮੂੰਹ 'ਚੋਂ ਝੱਗ ਵਗਣ ਡਿਆ ਵੀ ਮੇਰੇ ਪੁੱਤ 'ਤੇ। ਮੈਂ ਸਵੇਰੇ ਫੋਨ ਲਾਵਾਂ, ਮੇਰੇ ਪੁੱਤੀ ਨੇ ਫੋਨ ਨਹੀਂ ਚੁੱਕਿਆ, ਮੈਂ ਫੋਨ ਲਾਈ ਗਈ, ਫਿਰ ਉੱਥੋਂ ਕਿਸੇ ਗੋਰੇ ਨੇ ਫੋਨ ਚੁੱਕਿਆ, ਬਾਅਦ ਵਿੱਚ ਉਹਨਾਂ ਨੇ ਗੱਲ ਕੀਤੀ, ਮੈਨੂੰ ਸਮਝ ਨਾ ਲੱਗੀ, ਫਿਰ ਪੰਜਾਬੀ ਮੁੰਡੇ ਨੇ ਗੱਲ ਕੀਤੀ, ਉਹਨਾਂ ਕਿਹਾ ਵੀ ਆ ਇੱਦਾਂ ਹੋਇਆ ਵਾ, ਉਹਨਾਂ 11 ਵਜੇ ਆਣ ਕੇ ਰੋਟੀ ਖਾਧੀ ਆ, ਰੋਟੀ ਖਾ ਕੇ ਅਤੇ ਸੁੱਤਾ ਵਾ, ਅਤੇ ਉੱਥੇ ਵੀ ਸਬਜ਼ੀ ਸਵੇਰੇ ਬਣਾਉਣ ਵਾਸਤੇ ਰਾਜਮਾਂਹ ਭੇਜ ਆਇਆ ਵਾ, ਅਤੇ ਮੁੜ ਕੇ ਸੁੱਤਿਆਂ ਕਹਿੰਦੇ ਪਤਾ ਨਹੀਂ ਲੱਗਾ ਸਾਨੂੰ ਕੀ ਬਣਿਆ, ਉਹਨਾਂ ਵੀ ਸਵੇਰੇ ਹੀ ਵੇਖਿਆ ਜਦੋਂ ਮੈਂ ਫੋਨ ਕਰਨ ਲਈ, ਜਦੋਂ ਫੋਨ ਨਹੀਂ ਉਹਨੇ ਚੁੱਕਿਆ, ਮੇਰੀ ਗਰੀਬਣੀ ਦੀ ਮਦਦ ਕਰੀ ਜੇ, ਮੇਰਾ ਬੱਚਾ ਇੱਥੇ ਆ ਜੇ, ਹੋਰ ਵੀ ਮੇਰੀ ਹੈਲਪ ਕੀਤੀ ਜਾਵੇ, ਮੇਰਾ ਆਸਰਾ ਨਹੀਂ ਗਾ ਕੋਈ ਰਿਹਾ, ਮੇਰਾ ਕੋਈ ਆਸਰਾ ਨਹੀਂ ਰਿਹਾ, ਮੇਰਾ ਪੋਤੀ ਕੋਈ ਕਮਰਾ ਪੁੱਤੂ ਹੀ ਉਹ ਵੀ ਚਲ ਗਿਆ। 2013 'ਚ ਇਹਦੇ ਡੈਡੀ ਦੀ ਡੈਥ ਹੋ ਗਈ, ਅਤੇ ਮੁੜ ਕੇ ਪਹਿਲਾਂ ਇਹਦੇ ਤਾਏ ਦੀ ਹੋ ਗਈ, ਫਿਰ ਇਹਦੇ ਡੈਡੀ ਦੀ ਹੋ ਗਈ, ਫਿਰ ਚਾਚੇ ਦੀ ਹੋ ਗਈ, ਬਾਅਦ 'ਚ ਉਹਦੇ ਚਾਚੀ ਦੀ ਵੀ ਹੋ ਗਈ, ਅਤੇ ਬਾਅਦ 'ਚ ਬਜ਼ੁਰਗਾਂ ਦੀ ਮਾਤਾ ਦੇ ਦਾਦੀ ਦਾਦਾ ਉਹਨਾਂ ਦੀ ਬਾਤ ਹੋ ਗਈ। 1 ਸਾਲ ਨਹੀਂ ਹੋਇਆ, 1.5 ਸਾਲ ਹੋਇਆ ਵਾ, ਇਹਦੇ ਚਾਚੇ ਦਾ ਪੁੱਤਰ ਸੀ ਉਹ ਵੀ ਕਰੇਨ ਚਲਾਉਂਦਾ ਸੀ, ਉਹ ਅੰਬਾਲੇ, ਉਹ ਵੀ ਉੱਥੇ ਉੱਥੇ ਜਿੱਦਾਂ ਹੀ ਅਚਨਚੇਤ ਦੀ ਮੌਤ ਹੋਈ, ਅਤੇ ਹੁਣ ਅਜੇ 1.5 ਸਾਲ ਹੋਈ, ਅਤੇ ਹੁਣ ਆਹ ਜਿਹੜੀ ਸੱਟ ਪੈ ਗਈ ਬਹੁਤ ਵੱਡੀ ਸੱਟ ਪਈ ਆ, ਜਿਹਦਾ ਅਸੀਂ ਆਪਣੇ ਮੂੰਹ ਬਿਆਨ ਨਹੀਂ ਕੋਈ ਕਰਨ ਜੋਗਾ ਨਹੀਂ, ਨਾ ਅਸੀਂ ਇਹਨੂੰ ਕੋਈ ਹੌਂਸਲਾ ਦੇਣ ਜੋਗੇ ਹਾਂ, ਵੀ ਕਹਦੇ ਆਸਰੇ ਇਹਨੂੰ ਹੌਂਸਲਾ ਦੇ ਗਈ। ਬਾਕੀ ਅਸੀਂ ਸਰਕਾਰ ਕੋਲ, ਪੰਜਾਬ ਸਰਕਾਰ ਕੋਲ, ਸੈਂਟਰ ਸਰਕਾਰ ਕੋਲ, ਅਤੇ ਲੋਕ ਭਲਾਈ ਸੰਸਥਾ ਤੋਂ ਬੇਨਤੀ ਕਰਨੇ ਉਹਨਾਂ ਨੂੰ ਹੱਥ ਜੋੜ ਕੇ, ਵੀ
ਕੋਈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਆਰਥਿਕ ਪੱਖੋਂ ਬਹੁਤ